ਸਿਹਤ ਮੰਤਰੀ ਵੱਲੋਂ ਦਿੱਤੀ ਗਈ ਸਫਾਈ ਦੀ ਖਬਰ ਤੋਂ ਜੀ ਹਾਂ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅੱਜ ਪੱਤਰਕਾਰਾਂ ਦੇ ਰੂਬਰੂ ਹੋਏ ਜਿਸ ਵਿੱਚ ਉਹਨਾਂ ਆਪਣੇ ਸ਼ਰਾਬ ਨੂੰ ਨਸ਼ਾ ਨਾ ਮੰਨਣ ਵਾਲੇ ਬਿਆਨ ਉੱਤੇ ਸਫਾਈ ਦਿੱਤੀ ਜਿਆਣੀ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਦੱਸ ਦਈਏ ਕਿ ਸਿਹਤ ਮੰਤਰੀ ਨੇ ਬੀਤੇ ਦਿਨ ਹੀ ਇਹ ਬਿਆਨ ਦਿੱਤਾ ਸੀ ਕਿ ਉਹ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਤੇ ਸ਼ਰਾਬ ਇੱਕ ਦਵਾਈ ਦੇ ਰੂਪ ਵਿੱਚ ਵਰਤੀ ਜਾ ਸਕਦੀ ਹੈ ਪਰ ਜਿਵੇਂ ਹੀ ਸਿਹਤ ਮੰਤਰੀ ਦੇ ਇਸ ਬਿਆਨ ਦੀ ਨਿੰਦਾ ਹੋਣ ਲੱਗੀ ਤਾਂ ਉਹਨਾਂ ਆਪਣੀ ਸਫਾਈ ਕੁਝ ਇਸ ਤਰ੍ਹਾਂ ਦਿੱਤੀ ਕੱਲ ਵੀ ਮੀਡੀਆ ਮੇ ਇੱਕ ਬਹਿਸ ਮੇਰਾ ਕਰ ਰਹੇ ਥੇ ਕਿ ਆਪਨੇ ਕਹਾ ਹੈ ਕਿ ਸ਼ਰਾਬ ਅੱਛੀ ਚੀਜ਼ ਹੈ ਮੈਨੇ ਕਭੀ ਨਹੀਂ ਕਹਾ ਕਿ ਸ਼ਰਾਬ ਅੱਛੀ ਚੀਜ਼ ਹੈ ਅਗਰ ਸਭ ਸੇ ਗਲਤ ਚੀਜ਼ ਹੈ ਅਗਰ ਕੋਈ ਸਮੱਸਿਆ ਕੀ ਜੜ ਹੈ ਅਗਰ ਕੋਈ ਕ੍ਰਾਈਮ ਕੀ ਜੜ ਹੈ ਅਗਰ ਸਰੀਰ ਕਾ ਕੋਈ ਨਾਸ ਹੈ ਤਾਂ ਉਹ ਹੈ ਸ਼ਰਾਬ ਸ਼ਰਾਬ ਨਹੀਂ ਪੀਣੀ ਚਾਹੀਏ ਸ਼ਰਾਬ ਕੀ ਬਾਤ ਕੈਸੇ ਆਈ ਕਿ ਸ਼ਰਾਬ ਬਾਤ ਇਹ ਆਈ ਕਿ ਕਿਸੇ ਨੇ ਕਹਾ ਜੈਸੇ ਰਾਹੁਲ ਗਾਂਧੀ ਆਏ ਉਹਨਾਂ ਕਾ 80% ਆਜ ਪੰਜਾਬ ਨਸ਼ੇ ਮੇ ਗ੍ਰਸਤ ਹੈ ਕਿਸੇ ਨੇ ਕਹਾ 60% ਹੈ ਤਾਂ ਮੈਨੇ ਕਹਾ ਵੀ ਆਪ ਕਿਸ ਆਂਕੜਾ ਸੇ ਕਹਿ ਰਹੇ ਸਮੈਕ ਪੋਸਟ ਕਿਆ ਬੋਲੇ ਜੀ ਸ਼ਰਾਬ ਮੈਨੇ ਕਹਾ ਮੈਂ ਸ਼ਰਾਬ ਕੋ ਨਸ਼ੇ ਮੈਂ ਕਾਊਂਟ ਨਹੀਂ ਕਰਨਾ ਚਾਹਤਾ ਸ਼ਰਾਬ ਕੋ ਨਸ਼ੇ ਮੇ ਕਾਊਂਟ ਕਿਉਂ ਨਹੀਂ ਕਰਨਾ ਚਾਹਤਾ ਕਿ ਸ਼ਰਾਬ ਕੀ ਫੈਕਟਰੀ ਹੈ ਕਾ ਲਾਇਸੈਂਸ ਪਰਮਿਟ ਮਿਲਤਾ ਹੈ ਠੇਕੇ ਅਲਾਟ ਹੋਤੇ ਹੈ GT ਰੋਡ ਲਿੰਕ ਰੋਡ ਗਾਓ ਮੇ ਚਾਰ ਚਾਰ ਠੇਕੇ ਹੈ ਔਰ ਸ਼ਰਾਬ ਆਰਮੀ ਮੇ ਵੀ ਦੀ ਜਾਤੀ ਹੈ ਸ਼ਰਾਬ ਪਾਰਟੀ ਮੇ ਅਗਰ ਸ਼ਰਾਬ ਕੇ ਨਾਮ ਪੇ ਹਮ ਕਿਸੀ ਕੋ ਯੇ ਕਹੇਂਗੇ ਕਿ ਇਹ ਨਸ਼ੇੜੀ ਹੈ ਤੋ ਇੱਕ ਬਹੁਤ ਬੜੇ ਫੈਕਟਰ ਮੇ ਇੱਕ ਬਦਨਾਮੀ ਕਾ ਕਾਰਨ ਬਣਤਾ ਹੈ ਔਰ ਮੈਂ ਜਬ ਮਾਨੂੰਗਾ ਯਾ ਪੂਰੇ ਹਿੰਦੁਸਤਾਨ ਮੇ ਇਹ ਚੀਜ਼ ਬੰਦ ਹੋ ਜਾਏ ਸ਼ਰਾਬ ਸੇ ਬੁਰੀ ਕੋਈ ਚੀਜ਼ ਨਹੀਂ